पटियाला जेल में राजवाना ने अपनी भूख हड़ताल खत्म कर दी है सीधा बात करेंगे रवनीत बिट्टू से चूँकी ये मामला उनके परिवार से जुड़ा हुआ है और सर किस तरीके से आप देखते हैं अब जिस तरीके से राजनीति चल रही थी उस राजनीति को कहीं ना कहीं से खत्म कर दिया गया क्योंकि जेल प्रशासन लगातार राजवानों को समझाने की उन्हें कन्विंस करने की कोशिश कर रहा था उन्होंने समझाने की कोशिश कर रहा किसी ने कोई समझाया नहीं ਪੋਖੜਤਾਲ ਦੇਖੀ ਵੀ ਕਿਹਨੇ ਸੀ ਅੰਦਰ ਵੀ ਉਹ ਪੋਖੜਤਾਲਤੇ ਨੇ ਇਹ ਤਾਂ ਇੱਕ ਡਰਾਮਾ ਸੀ ਬਾਦਲ ਪਰਿਵਾਰ ਦਾ ਡਰਾਮਾ ਸੀ ਤੇ ਉਹਨਾਂ ਦੇ ਅੱਜ ਮੈਂ ਤਾਂ ਸਮਝਦਾ ਸੀ ਵੀ ਰਾਜਵਾਨਾ ਸਾਹਿਬ ਸ਼ਾਇਦ ਕਿਤੇ ਆਪਣੀ ਸੋਚਣਾ ਚੱਲ ਰਹੇ ਆ ਪਰ ਅੱਜ ਬਾਦਲ ਸਾਹਿਬ ਦੇ ਜਨਮ ਦਿਨ ਤੇ ਬਾਦਲਾਂ ਦੇ ਕਨੇੜੇ ਚੜਿਆ ਹੋਇਆ ਉਹਨਾਂ ਨੇ ਅੱਜ ਉਸੇ ਦਿਨ ਇੱਕ ਆਪਣ ਨੂੰ ਜੂੰਦਾ ਕਰਨ ਨੂੰ ਇਲੈਕਸ਼ਨਾਂ ਨੂੰ ਮੂਹਰੇ ਦੇਖਦੇ ਹੋਏ ਅੱਜ ਬਾਦਲ ਸਾਹਿਬ ਦੇ ਜਨਮ ਦਿਨ ਤੇ ਉਹਨਾਂ ਦੇ ਲਈ ਰਾਜਵਾਨੇ ਨੇ ਅੱਜ ਆਪਣੀ ਭੋਖੜ ਤਾਲ ਜਿਹੜੀ ਸੋ ਕਾਲਡ ਭੋਖੜ ਤਾਲ ਆ ਉਹ ਤੋੜੀ ਆ ਇਹ ਤਾਂ ਇੱਕ ਸਿਆਸੀ ਖੇਡ ਸੀਗੀ ਅੱਜ ਉਹ ਸਦਭਾਵਨਾ ਦਿਵਸ ਪਤਾ ਨਹੀਂ ਕੀ ਉਹਨੂੰ ਬਣਾ ਕੇ ਬਾਦਲ ਸਾਹਿਬ ਦੇ ਤੇ ਰਾਜਵਾਨੇ ਨੂੰ ਅੱਜ ਜਿਹੜੇ ਉਹਨਾਂ ਦੇ ਅੱਗੇ ਲਾਏ ਹੋਏ ਨੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਦੀ ਪਰਚੀਆਂ ਤੇ ਉਹਨਾਂ ਦੇ ਜਥੇਦਾਰ ਜਿਹੜੇ ਲੱਗੇ ਆ ਉਹ ਬਾਦਲਾ ਨੇ ਸਵੇਰੇ ਤੋਰੇ ਉਧਰ ਲੰਬੀ ਬਾਦਲ ਸਾਹਿਬ ਦਾ ਪ੍ਰੋਗਰਾਮ ਜਰਮ ਦਿਨ ਦਾ ਚੱਲ ਰਿਹਾ ਸੀ ਇਸ ਇੱਕ ਬਾਦਲ ਸਾਹਿਬ ਦੀ ਕੱਟ ਪੁਤਲੀ ਰਾਜਵਾਨੇ ਨੇ ਤੇ ਉਹਨਾਂ ਦੀ ਭੈਣ ਨੇ ਉਹਨਾਂ ਦੀ ਇਲੈਕਸ਼ਨ ਲੜੀ ਆ ਤੇ ਕਮਲਦੀਪ ਕੌਰ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਦੱਸਿਆ ਹੀ ਸੀ ਵੀ ਅਸੀਂ ਕਰੋੜਾਂ ਰੁਪਈਆ ਇਹਨਾਂ ਤੇ ਕਿਵੇਂ ਲਾ ਰਹੇ ਹਾਂ ਕਿਵੇਂ ਕਰੋੜਾਂ ਰੁਪਈਆ ਨਾਲ ਦਿੱਤਾ ਤੇ ਉਹ ਪੈਸੇ ਦੀ ਜਿਹੜੀ ਗੱਲ ਸੀਗੀ ਅੱਜ ਸਾਹਮਣੇ ਆ ਗਈ ਪੈਸਾ ਹੈ ਜਿਹੜਾ ਅੱਜ ਉਹਦੀ ਅਗਲੀ ਡੀਲ ਆ ਜਿਹੜੀ ਉਹ ਹੋਰ ਹੋਗੀ ਇਸ ਕਰਕੇ ਮੈਂ ਤਾਂ ਕਹਿਆ ਸੀ ਵੀ ਕੋਈ ਵੀ ਪੰਥਕ ਪਾਰਟੀਆਂ ਪੰਥਕ ਲੀਡਰ ਬੁੱਧੀਜੀ ਵੀ ਕੋਈ ਤੁਸੀਂ ਬਾਦਲ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੁੱਖ ਮੰਤਰੀ ਹੋ ਕੇ ਕੀਤੀ ਗੁਰੂ ਦੇ ਦੋ ਸਿੱਖ ਜਾਪ ਕਰਦੇ ਮਾਰੇ ਗੁਰੂ ਦੇ ਸਿੱਖ ਉਹਨਾਂ ਦੇ ਘਰੇ ਤੁਸੀਂ ਐਸਜੀਪੀਸੀ ਮੈਂਬਰ ਜਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਦੇ ਗਿਆ ਹੈ ਕਿਉਂਕਿ ਉਹ ਬਾਦਲਾਂ ਦੇ ਕਾਰੇ ਕੀਤੇ ਹੋਏ ਨੇ ਪਰ ਇਹ ਅੱਜ ਇੱਕ ਤੋਹਫਾ ਹੈ ਜਿਹੜਾ ਰਾਜਵਾਨੇ ਨੇ ਬਾਦਲਾਂ ਨੂੰ ਦਿੱਤਾ ਇੱਕ ਡਰਾਮਾ ਕਰਕੇ ਭੁਖਤਾਲ ਖਤਮ ਕਰ ਲਾ ਇਹਦਾ ਪਤਾ ਲੱਗ ਗਿਆ ਵੀ ਸਭ ਇੱਕ ਰਲੇ ਹੋਏ ਨੇ ਤੇ ਇੱਕ ਆਪਣੇ ਆਪ ਨੂੰ ਮੂਵਮੈਂਟ ਖੜੀ ਕਰਨਾ ਚਾਹੁੰਦੇ ਆ ਪੰਜਾਬ 'ਚ ਹੁਣ ਵੀ ਡਰਾਉਂਦੇ ਆ ਅੱਜ ਵੀ ਐਸਜੀਪੀਸੀ ਪ੍ਰਧਾਨ ਇਹ ਕਰ ਰਹੇ ਸੀ ਵੀ ਜੇ ਤੁਸੀਂ 31 ਤਰੀਕ ਤੱਕ ਇਹਨਾਂ ਨੂੰ ਨਾ ਛੱਡਿਆ ਤਾਂ ਪੰਜਾਬ ਦੇ ਹਾਲਾਤ ਅਸੀਂ ਖਰਾਬ ਕਰ ਦਾਂਗੇ ਹੈ ਹਿੰਮਤ ਤੁਹਾਡੇ ਚ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰ ਦੋ ਇਹਦਾ ਮਤਲਬ ਹਾਲਾਤ ਤੁਸੀਂ ਲੋਕਾਂ ਨੂੰ ਮਰੌਣਾ ਸ਼ੁਰੂ ਕਰ ਦੋਗੇ ਇਹਦਾ ਮਤਲਬ ਇਹੀ ਹੈ ਨਾ ਹਾਲਾਤ ਖਰਾਬ ਕਿਵੇਂ ਹੋਣਗੇ ਵੀ ਤੁਸੀਂ ਇੱਕ ਦੂਜੇ ਨੂੰ ਹਿੰਦੂ ਸਿੱਖ ਨੂੰ ਮਰਾਓਗੇ ਆਪਸ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਸੋਚੀ ਸਮਝੀ ਰਣਨੀਤੀ ਕੇ ਤਹਿ ਜੋ ਕਿ ਅੱਜ ਇਸ ਤਰੀਕੇ ਸੇ ਬਾਬਾ ਸਾਬ ਦਾ ਜਨਮ ਦਿਨ ਹੈ ਤੋ ਉਸ ਅਫਸਰ ਕੋ ਦੇਖਤੇ ਹੋਏ ਰਾਜਵਾਨਾ ਨੇ ਇੱਕ ਕਦਮ ਉਠਾਇਆ ਬਿਲਕੁਲ ਮੈਂ ਤਾਂ ਸਾਫ ਮੈਂ ਤਾਂ ਮੈਨੂੰ ਥੋੜਾ ਲੱਗਿਆ ਸੀ ਵੀ ਸ਼ਾਇਦ ਉਹ ਬਾਦਲਾਂ ਦੀ ਝੋਲੀ ਚੋਂ ਨਿਕਲੇ ਆ ਪਰ ਅੱਜ ਉਹ ਦੁਬਾਰਾ ਸਾਬਤ ਹੋ ਗਿਆ ਵੀ ਇਹੀ ਦਿਨ ਰੱਖਿਆ ਗਿਆ ਅੱਜ ਦੇ ਦਿਨ ਤੇ ਪਹਿਲਾਂ ਇਹ ਪਲਾਨ ਕਰਕੇ ਪਹਿਲਾਂ ਉਹਨਾਂ ਦੀ ਸਿਸਟਰ ਬਾਰ-ਬਾਰ ਜਿਹੜੀ ਮੂੰਹ ਬੋਲੇ ਭਉਣ ਭੈਣ ਨੇ ਉਹ ਜਾਂਦੇ ਰਹੇ ਪਹਿਲਾਂ ਇੱਕ ਡਰਾਮਾ ਕੀਤਾ ਗਿਆ ਤੇ ਫਿਰ ਅੱਜ ਦੇ ਦਿਨੀ ਅਕਾਲ ਚੱਕ ਸਾਹਿਬ ਦੇ ਜਥੇਦਾਰ ਤੇ ਸਾਡੇ ਆਨੰਦਪੁਰ ਸਾਹਿਬ ਤੋਂ ਉੱਥੇ ਦੇ ਜਥੇਦਾਰ ਤੇ ਐਸਜੀਪੀਸੀ ਮੈਂਬਰ ਉਹਨਾਂ ਦੇ ਮੂਹਰੇ ਬਣ ਕੇ ਗਏ ਤੇ ਅੱਜ ਬਾਦਲਾਂ ਦੇ ਬਾਦਲ ਸਾਹਿਬ ਦੇ ਜਨਮ ਦਿਨ ਤੇ ਅੱਜ ਉਹ ਰਾਜਮਾਣੇ ਨੂੰ ਇੱਕ ਭੁਖੜ ਤਾਲ ਜਿਹੜੀ ਤੜਾ ਕੇ ਡਰਾਮਾ ਇਹ ਦਿਖਾਇਆ ਵੀ ਅੱਜ ਵੀ ਜੋ ਕੁਝ ਹੈ ਉਹ ਬਾਦਲ ਨੇ ਇਹ ਲੋਕਾਂ ਦੇ ਮੂੰਹ ਤੇ ਹੋਰ ਇਹ ਅੱਜ ਮਤਲਬ ਅਸ ਦਿਨ ਜਿਹੜੀ ਇੱਕ ਨਫ਼ਰਤ ਆ ਬਾਦਲਾਂ ਦੇ ਮੂਰੇ ਅੱਜ ਹੋਰ ਲੋਕਾਂ ਨੂੰ ਚੜਾਇਆ ਜਾ ਰਿਹਾ ਜਾਣ ਕੇ ਤੋ ਅਬ ਕੀ ਲੱਗਤਾ ਹੈ ਆਪਕੋ ਅੱਗੇ ਕੀ ਕਦਮ ਲੋਗ ਨਾਰਾਜ ਨੇ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਕਰਕੇ ਬਾਦਲਾਂ ਤੋਂ ਇਹ ਇਹਦੀਆਂ ਚੀਜ਼ਾਂ ਬਣਾ ਕੇ ਬਚਣਾ ਚਾਹੁੰਦੇ ਆ ਤੇ ਉਹਦੇ ਮੋਹਰੇ ਐਸਜੀਪੀਸੀ ਪ੍ਰਧਾਨ ਤੇ ਇਹ ਜੱਥੇਦਾਰ ਬਣੇ ਹੋਏ ਨੇ ਸਾਰੀ ਸਿੱਖ ਕੌਮ ਅਕਾਲ ਤਖਤ ਸਾਹਿਬ ਤੋਂ ਉੱਤੇ ਕੁਝ ਨਹੀਂ ਗਾ ਪਰ ਉਹ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਾਦਲਾਂ ਦੀ ਚਾਬੀ ਬਣੇ ਹੋਏ ਨੇ ਤੇ ਅੱਜ ਜਨਮ ਦਿਨ ਦੇ ਵਾਲੇ ਦਿਨ ਇਹ ਕੰਮ ਉਹਨਾਂ ਨੇ ਆ ਕੇ ਕਰਵਾਇਆ तो आगे क्या कदम होगा जिस तरीके से दिल्ली पहुंचना था 20 तारीख को आ, अपनी बात रखनी थी तमाम लोग यहां इकट्ठा होकर किन से बात करना चाह रहे थे एक कमेटी भी बनाई गई इसमें विवाद हुआ कि वोल्टोहा को इस कमेटी में क्यों डाला गया इको ये तो ओना दा प्रोग्राम है मेनू की पता पर जे कोई ओना नु टाइम दौगा तदी है ना वो ओथे दा जो मर्जी करी जान इथे लोकां नु इकट्ठे करण दी बजाय किसी राष्ट्रपति तो ओना नु टाइम मिलया ਉਹਨਾਂ ਨੂੰ ਤਾਂ ਟਾਈਮ ਕੋਈ ਡੀਸੀ ਨਹੀਂ ਦਿੰਦਾ ਰਾਸ਼ਟਰਪਤੀ ਤਾਂ ਉਹਨਾਂ ਨੂੰ ਟਾਈਮ ਕਿੱਥੋਂ ਦੇ ਦੂਗਾ ਇਸ ਕਰਕੇ ਉਹ ਸਿਰਫ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਹੈ ਬੀਬੀ ਹਰਸਿਮਰਤ ਕੌਰ ਨੂੰ ਕਿਸ ਤਰੀਕੇ ਨਾਲ ਸਿਰਫ ਤੇ ਸਿਰਫ ਲੋਕਾਂ ਦਾ ਸੈਂਟੀਮੈਂਟ ਭੜਕਾ ਕੇ ਉਹ ਦੁਬਾਰਾ ਇਲੈਕਸ਼ਨ ਜਿੱਤਨੀ ਚਾਹੁੰਦੇ ਐ ਓਦੋਂ ਤੱਕ ਕੁਝ ਨਹੀਂ ਓਦੋਂ ਤੱਕ ਫੇਰ ਕੋਈ ਇਸ਼ੂ ਨਵਾਂ ਲੱਭ ਲੈਣਗੇ ਹੋਰ ਕੋਈ ਉਹਨਾਂ ਦਾ ਮਕਸਦ ਨਹੀਂਗਾ ਜਿਵੇਂ ਮੈਂ ਦੱਸਿਆ ਅੱਜ ਡਰਾਮਾ ਜਿਹੜਾ ਕੀਤਾ ਸੀ ਉਹ ਅੱਜ ਉਹਨਾਂ ਨੇ ਜਨਮ ਦਿਨ ਵਾਲੇ ਤੇ ਦਿਨ ਡਰਾਮਾ ਖਤਮ ਕਰਤਾ ਨਮੀਨਾਂਨ ਕੇ ਬਾਚਿਤ ਕਰਨੇ ਕੇ ਲੀਏ ਇਹ ਤਾਂ ਰਵਨੀਸ਼ ਬਿੱਟੂ ਸਾਥ ਤੌਰ ਤੇ ਨਿਊਜ਼ 18 ਕੇ ਸਾਥ ਖਾਸ ਬਾਚਿਤ ਕਰ ਰਹੇ ਥੇ ਨਿਦਲੀ ਸੇ ਕੈਲਮਨ ਪ੍ਰਕਾਸ਼ ਗੁਪਤਾ ਕੇ ਸਾਥ ਮਰਵੀਮ ਸ਼ਾ ਨਿਊਜ਼ 18